ਸਤਿਕਾਰ ਤੁਸੀਂ ਦੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ 10 ਵਜੇ ਦਾ ਸ਼ਹਿਰ ਲੈ ਕੇ ਮੈਂ ਅਰਸ਼ਦੀਪ ਕੌਰ ਹਾਜ਼ਰ ਹਾਂ। ਹੋਲੇ ਮਹੱਲੇ ਮੌਕੇ ਸਿਆਸੀ ਰੈਲੀਆਂ ਦੌਰਾਨ SYL ਦੇ ਮੁੱਦੇ ਦੀ ਗੂੰਜ ਵੀ ਸੁਣਨ ਨੂੰ ਮਿਲੀ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਪਾਣੀਆਂ ਦੇ ਹੱਕ ਦੀ ਲੜਾਈ ਇਸੇ ਸ਼ਿੱਦਤ ਨਾਲ ਜਾਰੀ ਰਹੇਗੀ ਤੇ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਬੁੱਧਵਾਰ ਨੂੰ ਲੱਗੇ ਸਿਆਸੀ ਰੈਲੀਆਂ ਦੇ ਮੇਲੇ 'ਚ SYL ਨਹਿਰ ਦਾ ਮੁੱਦਾ ਵੀ ਚਰਚਾ 'ਚ ਰਹਿਣਾ ਜ਼ਾਹਿਰ ਸੀ। ਖਾਸਕਰ ਇਸ ਮੁੱਦੇ ਤੇ ਆਪਣੇ ਹਾਲੀਆ ਫੈਸਲਿਆਂ ਤੋਂ ਉਤਸ਼ਾਹਿਤ ਹੋਏ ਅਕਾਲੀ ਦਲ ਨੇ ਇੱਕ ਵਾਰ ਫਿਰ ਜੁੜੀ ਆਵਾਮ ਨੂੰ ਯਕੀਨ ਦਵਾਇਆ ਕਿ ਸੂਬੇ ਦੇ ਪਾਣੀ ਦੇ ਹੱਕਾਂ ਲਈ ਅਕਾਲੀ ਦਲ ਹਰ ਕੁਰਬਾਨੀ ਲਈ ਤਿਆਰ ਹੈ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ SYL ਦੀ ਇਸ ਤਾਣੀ ਨੂੰ ਉਲਝਾਉਣ ਦੇ ਲਈ ਇਲਜ਼ਾਮ ਕਾਂਗਰਸ ਸਿਰ ਮਾਰ ਦਿੱਤੇ। ਉਧਰ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਾ ਜਾਣ ਦੀ ਗੱਲ ਦੁਹਰਾਈ। ਇਸ ਦਰਮਿਆਨ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਹੱਕਾਂ ਦੀ ਪੈਰਵਾਈ ਕੀਤੀ। ਭੈੜੀ ਕਾਂਗਰਸ ਸਰਕਾਰ ਨੇ ਇਹ ਜਿਹੜੀ ਚੀਜ਼ ਸਾਨੂੰ ਕੁਦਰਤ ਨੇ ਦਿੱਤੀ ਹੈ, ਕਿਸੇ ਸਰਕਾਰ ਨੇ ਨਹੀਂ ਦਿੱਤੀ, ਉਹ ਕਦਮ ਕਦਮ ਤੇ ਸਾਥੋਂ ਖੋਹਦੇ ਰਹੇ। ਕਾਨੂੰਨ ਬਣਾ ਦਿੱਤਾ ਪੰਜਾਬ ਦੀ ਅਸੈਂਬਲੀ ਵਿੱਚ, ਜਿਸ ਕਾਨੂੰਨ ਰਾਹੀਂ ਉਹ ਜਿਹੜੀ ਨਹਿਰ ਦੀ ਜ਼ਮੀਨ ਵਾਪਸ ਕਿਸਾਨਾਂ ਨੂੰ ਕਰ ਦਿੱਤੀ। ਸੋ ਨਾ ਰਹੂਗਾ ਬਾਂਸ, ਨਾ ਰਹੂ ਕਦੀ ਵੀ ਬਾਂਸਰੀ, ਤੇ ਉਹ ਜ਼ਮੀਨ ਵਾਪਸ ਆ ਗਈ ਹੈ ਤੇ ਹੁਣ ਨਾ ਜਾਊਗਾ ਪਾਣੀ ਤੇ ਨਾ ਕੋਈ ਭੇਜ ਸਕੂਗਾ ਪਾਣੀ। ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਹਦਾ ਹੀ ਹੱਕ ਹੁੰਦਾ ਪਾਣੀਆਂ ਦਾ। ਇਹ ਕਿਉਂ ਕਹਿੰਦੀ ਹੈ? ਕਿਉਂ ਕਰਕੇ ਜੇ ਨਦੀ ਦੇ ਵਿੱਚ ਹੜ੍ਹ ਆ ਜਾਣ ਉਸੇ ਸੂਬੇ ਨੂੰ ਭੁਗਤਣਾ ਪੈਂਦਾ, ਅਤੇ ਜੇ ਫਾਇਦਾ ਹੋਵੇ ਤਾਂ ਫਿਰ ਉਸੇ ਸੂਬੇ ਨੂੰ ਹੋਣਾ ਚਾਹੀਦਾ। SYL ਦਾ ਮੁੱਦਾ ਇਸ ਵੇਲੇ ਪੰਜਾਬ ਦੀ ਸਿਆਸਤ ਦਾ ਧੁਰਾ ਬਣਿਆ ਹੋਇਆ। ਨਾ ਚਾਹੁੰਦਿਆਂ ਵੀ ਹਰ ਪਾਰਟੀ ਇਸ ਮਸਲੇ ਤੇ ਇਕਜੁੱਟ ਹੈ ਤੇ ਅਕਾਲੀ ਦਲ ਦੇ ਹਰ ਕਦਮ ਦੀ ਵਜਾਹਤ ਕਰ ਰਹੀ ਹੈ। ਪਰ ਇਸ ਮਸਲੇ ਦਾ ਸਿਆਸੀ ਮਫਾਦ ਲੈਣ ਲਈ ਅਕਾਲੀ ਦਲ ਕੋਈ ਕੋਰ ਕਸਰ ਬਾਕੀ ਛੱਡਣ ਦੀ ਰੌਜ ਨਹੀਂ ਹੈ। ਅਨੰਦਪੁਰ ਸਾਹਿਬ ਤੋਂ ਜਗਤਾਰ ਭੁੱਲੋ ਦੇ ਨਾਲ ਅਜਿਤ ਗੁਸਾਈ, ਜ਼ੀ ਮੀਡੀਆ, ਖੱਟਰ ਕਲਾਂ। ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਦੇ ਲਈ ਭਾਰਤ ਰਤਨ ਦੀ ਮੰਗ ਕੀਤੀ ਹੈ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਖਟਕੜ ਕਲਾਂ ਵਿੱਚ ਸਮਾਗਮ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਗੇ। ਉਧਰ ਕਾਂਗਰਸ ਨੇ ਸੂਬਾ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਹਾੜੇ ਤੇ ਹੁਸੈਨੀਵਾਲਾ 'ਚ ਵੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿੱਚ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਇਸ ਦੇ ਲਈ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣਗੇ। ਸਿਰਫ ਇੰਨਾ ਹੀ ਨਹੀਂ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਮਸਲੇ 'ਤੇ ਆਪ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਵੀ ਗੱਲ ਕਹੀ ਹੈ। ਉਧਰ ਕਾਂਗਰਸ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਵਕਾਲਤ ਕੀਤੀ ਹੈ। ਕਾਂਗਰਸ ਮੁਤਾਬਕ ਪਹਿਲਾਂ ਹੀ ਭਗਤ ਸਿੰਘ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਣਾ ਚਾਹੀਦਾ ਸੀ। ਦੇਸ਼ ਦਾ ਸਭ ਤੋਂ ਬੜਾ ਅਵਾਰਡ ਹੈ, ਭਾਰਤ ਰਤਨ ਹੈ। ਸ਼ਹੀਦ ਆਜ਼ਮ ਭਗਤ ਸਿੰਘ ਜੀ ਕੋ ਅਟਲੀ ਸਨਮਾਨਿਤ ਕੀਤਾ ਜਾਏ ਭਾਰਤ ਰਤਨ। ਗਵਰਨਮੈਂਟ ਤਰਫੋਂ ਲਿਖੇਗੀ ਪ੍ਰਾਈਮ ਮਿਨਿਸਟਰ ਕੋ। ਸਰਕਾਰਾਂ ਨੂੰ ਵੀ ਚਾਹੀਦਾ ਸੀ ਕਿ ਇਹ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਹੈ। ਚਲੋ ਦੇਰ ਆਏ, ਦੁਰਸਤ ਆਏ, ਅਗਰ ਸਰਕਾਰ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਦਾ ਐਲਾਨ ਕਰਨ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿਆਂਗਾ। ਉਧਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਮੋਹਾਲੀ ਏਅਰਪੋਰਟ ਦਾ ਨਾਮ ਹੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਤੇ ਵੀ ਹਰਿਆਣਾ ਸਰਕਾਰ ਨਾਲ ਸਹਿਮਤੀ ਬਣ ਚੁੱਕੀ ਹੈ। ਕੇਂਦਰੀ ਕੈਪਟਨ ਦੀ ਮਨਜ਼ੂਰੀ ਮਿਲਦੇ ਹੀ ਮੋਹਾਲੀ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖ ਦਿੱਤਾ ਜਾਵੇਗਾ। ਹੁਸੈਨੀਵਾਲਾ 'ਚ ਲਾਈਟ ਐਂਡ ਸਾਊਂਡ ਦੀ ਸਹੂਲਤ ਜਲਦ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ। ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ਹੀਦਾਂ ਤੇ ਕਿਸਾਨਾਂ ਦੇ ਪਰਿਵਾਰਾਂ ਦੇ ਲਈ ਉਠਾਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਫਿਰੋਜ਼ਪੁਰ ਤੋਂ ਗੁਰਦਰਸ਼ਨ ਸਿੰਘ, ਜ਼ੀ ਮੀਡੀਆ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੀ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਡਰੱਗ ਨੂੰ 2 ਹਫ਼ਤੇ ਅੰਦਰ ਖਤਮ ਕਰਨ ਦੀ ਕਸਮ ਦੁਹਰਾਈ। ਸਿਰਫ ਇੰਨਾ ਹੀ ਨਹੀਂ, ਕਾਂਗਰਸ ਮੈਨੀਫੈਸਟੋ ਕਮੇਟੀ ਦੇ ਇੰਚਾਰਜ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸੀ ਸਰਕਾਰ ਆਉਣ ਤੇ ਇੱਕ ਸਖ਼ਤ ਬਿੱਲ ਲਿਆਂਦਾ ਜਾਵੇਗਾ। ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਨਸ਼ੇ ਨੂੰ ਚੁੱਕਿਆ। ਕੈਪਟਨ ਨੇ ਇੱਕ ਵਾਰ ਮੁੜ ਤੋਂ ਦੁਹਰਾਇਆ ਕਿ ਜੇਕਰ ਉਹਨਾਂ ਦੀ ਸਰਕਾਰ ਵਜ਼ਾਰਤ ਵਿੱਚ ਆਉਂਦੀ ਹੈ ਤਾਂ ਉਹ 4 ਹਫ਼ਤੇ ਦੇ ਅੰਦਰ ਪੰਜਾਬ ਵਿੱਚ ਨਸ਼ਾ ਖਤਮ ਕਰ ਦੇਣਗੇ। ਕੈਪਟਨ ਦੇ ਇਹਨਾਂ ਦਾਅਵਿਆਂ ਤੇ ਕਾਂਗਰਸ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਇੰਚਾਰਜ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਸਮਗਲਰਾਂ ਤੇ ਨਕੇਲ ਕਸਣ ਲਈ ਕਨਫਿਗਰੇਸ਼ਨ ਆਫ ਡਰੱਗ ਡੀਲਰ ਪ੍ਰਾਪਰਟੀ ਐਕਟ ਦਾ ਖਰੜਾ ਤਿਆਰ ਕੀਤਾ ਹੈ ਜੋ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਲਾਗੂ ਕੀਤਾ ਜਾਏਗਾ। ਮੇਰੀ ਖੁਦ ਹੀ ਛੁੱਟੀ ਹੋਗੀ ਔਰ ਉਹ ਪੁਲਿਸ
वो कॉन्फिस्केशन ऑफ ड्रग डीलर्स प्रॉपर्टी एक्ट कि जो भी नशों की तस्करी करता है तो उसकी तमाम जायदाद जो है कुर्क करके वो स्टेट खुद ले लेगी ताकि किसी की हिम्मत ना हो पंजाब में नशे बेचने की। पंजाब विधानसभा चुनाव विच नशा वड्डा मुद्दा होएगा, हर सियासी पार्टी इस गल नू जानती है। मौजूदा सरकार जिथे नशे दे मुद्दे ते विरोधियों वालों बदनाम करन दी गल कह रही है तो विरोधी धिर पंजाब सरकार नू नशे दे मुद्दे ते घेर रही है। श्री अनंतपुर साहब तो कुलबीर दीवान दे नाल राजन गोसाई, जी मीडिया, खटखड़ कलां।